ਨਾਨਕ ਤਰਨ ਤਾਰਨ ਸ਼ਹਿਰ ਦੇ ਅੰਮ੍ਰਿਤਸਰ ਰੋਡ ਉੱਪਰ ਮੌਜੂਦ ਕਸਬਾ ਪਿੰਡ ਗੋਲਵਾੜ ਦੇ ਵਿਖੇ ਮੌਜੂਦ ਹੈ ਕੁਸ਼ੜ ਇੱਕ ਸਿਗਨੇਚਰ ਕੰਬਲਾਂ ਦੀ ਫੈਕਟਰੀ ਮੌਜੂਦ ਹੈ ਜਿੱਥੇ ਕਿ ਅੱਜ ਸ਼ਾਮ ਕਰੀਬ 8:30 ਵਜੇ ਅਚਾਨਕ ਇਸ ਨੂੰ ਅੰਦਰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਸਾਰੇ ਕਰਮਚਾਰੀਆਂ ਵਿੱਚ ਹਬੜਾ ਤਬੜੀ ਮਚ ਗਈ ਹੈ ਔਰ ਇਸ ਦੌਰਾਨ ਤੁਸੀਂ ਦੇਖ ਸਕਦੇ ਜੇ ਕਿ ਅੱਗ ਦੇ ਉੱਤੇ ਹਾਲਾਤ ਇੰਨੇ ਮਾੜੇ ਹਨ ਕਿ ਅੱਗ ਨੇ ਪੂਰੀ ਫੈਕਟਰੀ ਦੇ ਇੱਕ ਹਿੱਸੇ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ ਔਰ ਅੱਗ ਦੀਆਂ ਲਪਟਾਂ ਪੂਰੇ ਅਸਮਾਨ ਨੂੰ ਛੂ ਰਹੀਆਂ ਹਨ ਔਰ ਇਸ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚਦੇ ਹੋਏ ਔਰ ਅੱਗੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਹੈ ਜਿਸ ਦੌਰਾਨ ਤਰਨ ਤਾਰਨ ਸ਼ਹਿਰ ਤੋਂ ਇਲਾਵਾ ਪੱਟੀ ਤੋਂ ਇਲਾਵਾ ਹੋਰ ਵੀ ਖੇਮਕਰਨ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਰੀਬ ਜਿਨ੍ਹਾਂ ਦੀ ਗਿਣਤੀ ਅੰਮ੍ਰਿਤਸਰ ਤੋਂ ਵੀ ਦੱਸੀ ਜਾ ਰਹੀ ਹੈ ਕਰੀਬ ਅੱਧੀ ਦਰਜਨ ਦੇ ਤੋਂ ਵੱਧ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਾ ਮੌਕੇ ਤੇ ਪਹੁੰਚ ਗਈਆਂ ਹਨ ਔਰ ਉਹਨਾਂ ਵੱਲੋਂ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਜੇ ਕਰਮਚਾਰੀ ਜਿਹੜੇ ਆ ਕਿ ਉਹ ਮੌਕੇ ਤੇ ਪਹੁੰਚ ਕੇ ਇਸ ਅੱਗ ਨੂੰ ਬੁਝਾਉਣ ਦਾ ਪੂਰਾ ਯਤਨ ਕਰ ਰਹੇ ਹਨ ਲੇਕਿਨ ਅੱਗ ਜਿਹੜੀ ਹੈ ਉਹ ਆਪਣੇ ਪੂਰਾ ਆਪਣਾ ਜੋਬਨ ਤੇ ਨਜ਼ਰ ਆ ਰਹੀ ਹੈ ਔਰ ਅੱਗ ਜਿਹੜੀ ਹੈ ਕਾਬੂ ਨਹੀਂ ਹੋ ਰਹੀ ਇਸ ਦੌਰਾਨ ਕਰਮਚਾਰੀਆਂ ਵਿੱਚ ਵੀ ਜਿਹੜਾ ਸਟਾਫ ਹੈ ਉਹਨਾਂ ਵਿੱਚ ਵੀ ਬੜਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਔਰ ਇਸ ਦੌਰਾਨ ਵੇਖੋ ਕਰਮਚਾਰੀ ਕਿੰਨੀ ਮੁਸ਼ਕਲ ਦੇ ਨਾਲ ਇਸ ਅੱਗ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਔਰ ਇਹਨਾਂ ਵੱਲੋਂ ਕਰੀਬ 8 ਵਜੇ ਤੋਂ ਲੈ ਕੇ ਇਸ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ ਗੱਡੀਆਂ ਜਿਹੜੀਆਂ ਉਹ ਬਾਰ-ਬਾਰ ਪਾਣੀ ਦੀਆਂ ਔਰ ਫੋਮ ਜਿਹੜੀ ਕੈਮੀਕਲ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਨੂੰ ਲਿਆ ਕੇ ਇਸ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਔਰ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਕੋਛੜ
ਕੰਬਲਾਂ ਦੀ ਫੈਕਟਰੀ ਹੈ, ਇਹਦੇ ਵਿੱਚ ਕਰੋੜਾਂ ਰੁਪਏ ਦਾ ਇਸ ਵੇਲੇ ਨੁਕਸਾਨ ਹੋ ਚੁੱਕਾ ਹੈ। ਔਰ ਜਿੱਥੇ ਅੱਗ ਲੱਗੀ ਹੈ ਉਹ ਇੱਕ ਕੱਚਾ ਜਿਹੜਾ ਰਾ ਮਟੀਰੀਅਲ ਹੁੰਦਾ ਸੀ, ਉਹ ਰਾ ਮਟੀਰੀਅਲ ਇੱਥੇ ਤਿਆਰ ਹੁੰਦਾ ਸੀਗਾ ਔਰ ਉਹਨਾਂ ਵੱਲੋਂ ਜਿਹੜਾ ਸਮਾਨ ਲਿਆ ਕੇ ਰੱਖਿਆ ਜਾਂਦਾ ਸੀ, ਉਸ ਤੋਂ ਬਾਅਦ ਇਹਦੀ ਫਿਨਿਸ਼ਿੰਗ ਹੋਣ ਤੋਂ ਬਾਅਦ ਇਹਨੂੰ ਅੱਗੇ ਭੇਜਿਆ ਜਾਂਦਾ ਸੀ ਔਰ ਜਿਸ ਤੋਂ ਬਾਅਦ ਫਾਈਨਲ ਫਿਨਿਸ਼ਿੰਗ ਹੁੰਦੀ ਸੀਗੀ। ਔਰ ਇੱਥੇ ਪੁਲਿਸ ਦਾ ਆਲਾ ਮੁਲਾਜ਼ਮ ਕਰਮਚਾਰੀ ਪਹੁੰਚ ਚੁੱਕੇ ਹਨ, ਸਟਾਫ ਜਿਹੜਾ ਹੈ ਉਹਨਾਂ ਵਿੱਚ ਵੀ ਕਾਫੀ ਜ਼ਿਆਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਕਿ ਪਿੰਡ ਦੇ ਆਲ ਵਾਸ ਪਿੰਡ ਗੋਲਵੜ ਦੇ ਨਿਵਾਸੀ ਜਿਹੜੇ ਹਨ ਉਹ ਵੀ ਇੱਥੇ ਆ ਗਏ ਹਨ। ਔਰ ਇਸ ਦੌਰਾਨ ਅਸੀਂ ਇੱਥੇ ਥਾਣਾ ਸਿਟੀ ਦੇ SHO ਆ ਉਹਨਾਂ ਨਾਲ ਹੀ ਗੱਲ ਕਰਾਂਗੇ। ਸਰ ਇਹ ਜਿਹੜੀ ਕੋਚੜ ਫੈਕਟਰੀ ਆ ਗੋਲਵੜ ਵਿਖੇ ਅੱਗ ਲੱਗੀ ਹੈ, ਇਹਦੇ ਵਿੱਚ ਕਿੰਨਾ ਨੁਕਸਾਨ ਹੋਇਆ, ਕੀ ਕਾਰਵਾਈ ਹੋ ਰਹੀ, ਕੀ ਕੰਮ ਕਰ ਰਹੇ ਆ? ਨੁਕਸਾਨ ਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਜੀ, ਕਿਉਂਕਿ ਨੁਕਸਾਨ ਬਾਰੇ ਤਾਂ ਫੈਕਟਰੀ ਦੇ ਜਿਹੜੇ ਓਨਰਸ ਨੇ ਉਹੀ ਦੱਸ ਸਕਦੇ ਨੇ ਕੀ ਹੈਗਾ। ਅੱਗ ਜ਼ਰੂਰ ਲੱਗੀ ਹੈ, ਤਰਨ ਤਾਰਨ ਡਿਸਟ੍ਰਿਕਟ ਦੀਆਂ ਜਿੰਨੀਆਂ ਫਾਇਰ ਬ੍ਰਿਗੇਡ ਸੀਗੀਆਂ ਉਹ ਸਫੀਸ਼ੀਐਂਟ ਨਹੀਂ ਸੀਗੀਆਂ। ਮੈਂ ਤੁਰੰਤ ਅੰਮ੍ਰਿਤਸਰ ਕੰਟਰੋਲ ਰੂਮ 'ਤੇ ਫੋਨ ਕਰਕੇ ਉੱਥੋਂ ਫਾਇਰ ਟੈਂਡਰ ਮੰਗਾ ਲਈਆਂ, ਇੱਥੇ ਉਹ ਵੀ ਆਪਣੀਆਂ ਆ ਕੇ ਇੱਥੇ ਵਰਕ ਕਰ ਰਹੀਆਂ ਵਾ। ਬਾਕੀ ਅੱਗ ਦੇ ਕਾਰਨਾਂ ਦਾ ਅਜੇ ਤੱਕ ਮੈਨੂੰ ਪਤਾ ਨਹੀਂ ਚੱਲ ਸਕਿਆ, ਉਹ ਬਾਅਦ 'ਚੋਂ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹੀ ਫਿਰ ਮੈਂ ਦੱਸਦਾ ਹਾਂ। ਸਰ ਇਹ ਵੀ ਪਤਾ ਲੱਗਾ ਹੈ ਕਿ ਇਹ ਜਿਹੜੀ ਕੋਚੜ ਫੈਕਟਰੀ ਹੈ ਇੱਥੇ ਪਹਿਲਾਂ ਵੀ ਕਰੀਬ 3-4 ਵਾਰੀ ਅੱਗ ਲੱਗ ਚੁੱਕੀ ਆ, ਉਹ ਵੀ ਕੀ ਕਾਰਨ ਕੀ ਹੋਇਆ ਦਾ? ਇਹਦੇ ਬਾਰੇ ਵੀ ਮੈਂ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹੀ ਦੱਸਾਂਗਾ, ਕਿਉਂਕਿ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਆ, ਉਹ ਮੈਂ ਜਦੋਂ ਇਹਦੀ ਬਾਅਦ 'ਚੋਂ ਤਸਦੀਕ ਕਰਾਂਗੇ ਉਸ ਤੋਂ ਬਾਅਦ ਹੀ ਤੁਹਾਨੂੰ ਕੁਝ ਦੱਸ ਸਕਦਾ। ਸਰ ਇੱਕ ਹੋਰ ਕੁਐਸਚਨ ਆ ਰਿਹਾ ਹੈ ਕਿ ਜਿਹੜੇ ਕੋਚੜ ਜਿਹੜੀ ਫੈਕਟਰੀ ਹੈ ਬੜੀ ਵੱਡੀ ਸਿਗਨੇਚਰ ਫੈਕਟਰੀ ਦੱਸੀ ਜਾ ਰਹੀ ਹੈ, ਜਿਹੜੀ ਕਿ ਕੰਬਲ ਬਣਾ ਕੇ ਇੰਪੋਰਟ ਕਰਦੀ ਹੈ, ਬਾਹਰ ਐਕਸਪੋਰਟ ਕਰਦੀ ਹੈ ਔਰ ਇਹਨਾਂ ਦੇ ਪੂਰੇ ਦੇਸ਼ ਵਿੱਚ ਪੂਰੇ ਕੰਬਲ ਦੀ ਸਪਲਾਈ ਹੁੰਦੀ ਹੈ ਔਰ ਇੱਥੇ ਜਿਹੜੀ ਅੱਗ ਲੱਗਣ ਦਾ ਕਾਰਨ ਇਹਨਾਂ ਦੇ ਪਰਿਵਾਰ ਵਿੱਚ ਕੋਈ ਡਿਸਪਿਊਟ ਵੀ ਚੱਲ ਰਿਹਾ ਕਿ ਥਾਣਾ ਸਿਟੀ ਵਿੱਚ ਦਰਖਾਸਤ ਵੀ ਦਿੱਤੀ ਗਈ ਸੀ, ਕੋਈ ਪਿੱਛੇ ਫੈਮਿਲੀ ਡਿਸਪਿਊਟ ਚੱਲ ਰਿਹਾ, ਕੋਈ ਪਾਰਟਨਰਸ਼ਿਪ ਨੂੰ ਲੈ ਕੇ ਜਾਂ ਵੰਡਰ ਨੂੰ ਲੈ ਕੇ, ਇਹਦੇ ਬਾਰੇ ਕੁਛ? ਇਹ ਇਹਨਾਂ ਦਾ ਅਲੱਗ ਇਸ਼ੂ ਆ, ਉਹ ਇਹਨਾਂ ਦਾ ਪਰਸਨਲ ਇਸ਼ੂ ਹੈਗਾ, ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਜਿਹੜਾ ਅਸੀਂ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹੀ ਤੁਹਾਨੂੰ ਦੱਸਾਂਗੇ ਵੀ ਕੀ ਹੈਗੇ ਸੀ, ਕੀ ਕਾਰਨ ਸੀਗੇ। ਕੁਛ ਇੰਜੀਨੀਅਰ ਦੀ ਆਪਾਂ ਕੁਛ ਇਹਨਾਂ ਦੀ ਮਦਦ ਲਵਾਂਗੇ, ਉਸ ਤੋਂ ਬਾਅਦ ਹੀ ਆਪਾਂ ਤੁਹਾਨੂੰ ਇਹਦੇ ਬਾਰੇ ਤਸਦੀਕ। ਸਰ ਕਿੰਨੀਆਂ ਕੁ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਇਸ ਵੇਲੇ ਆ ਗਈਆਂ ਔਰ ਲਗਾਤਾਰ ਜਾਰੀ ਆ, ਜਿਹੜੀ ਕਿ ਪਾਣੀ ਵਾਲੀ ਵਾਰ ਵਾਰ ਤਰਨ ਤਰਨ ਦੀਆਂ 2-3 ਗੱਡੀਆਂ ਤਰਨ ਤਰਨ ਦੀਆਂ, 4-5 ਗੱਡੀਆਂ ਜਿਹੜੀਆਂ ਅੰਮ੍ਰਿਤਸਰ ਦੀਆਂ ਇੱਥੇ ਵਰਕ ਕਰ ਰਹੀਆਂ ਜੀ। ਸਰ ਇਹਦੇ ਵਿੱਚ ਕੋਈ ਜਦੋਂ ਅੱਗ ਲੱਗੀ ਆ ਕੋਈ ਕਰਮਚਾਰੀ ਅੰਦਰ ਮੌਜੂਦ ਸੀ, ਕੋਈ ਨੁਕਸਾਨ ਜਾਨੀ ਨੁਕਸਾਨ ਹੋਣ ਦਾ ਕੋਈ ਸਮਾਚਾਰ ਹਜੇ ਤੱਕ ਪਤਾ ਲੱਗਾ? ਜਾਨੀ ਨੁਕਸਾਨ ਬਾਰੇ ਅਜੇ ਤੱਕ ਕੋਈ ਨਹੀਂ ਆ ਜੀ, ਮਾਲੀ ਨੁਕਸਾਨ ਜ਼ਰੂਰ ਹੈਗਾ ਜੀ। ਜਾਨੀ ਨੁਕਸਾਨ ਹੋਣ ਤੋਂ ਪਹਿਲਾਂ ਹੀ ਇਹ ਜਿਹੜੀ ਫੈਕਟਰੀ ਦੇ ਵਿੱਚ ਛੁੱਟੀ ਹੋ ਗਈ ਸੀਗੀ, 4:30-5 ਵਜੇ ਦੇ ਕਰੀਬ ਛੁੱਟੀ ਹੋ ਗਈ ਸੀਗੀ, ਵਰਕਰ ਜਿਹੜੇ ਇੱਥੋਂ ਜਾ ਚੁੱਕੇ ਸੀਗੇ, ਉਸ ਤੋਂ ਬਾਅਦ ਹੀ ਦੱਸ ਰਿਹਾ ਵੀ ਉਸ ਤੋਂ ਬਾਅਦ ਜਿਹੜੀ ਆ ਇਹ ਅੱਗ ਜਿਹੜੀ ਆ ਲੱਗੀ ਹੈ। ਸਰ ਇਹ ਜਿੱਥੇ ਅੱਗ ਲੱਗੀ ਆ ਇਹ ਪੂਰਾ ਸੈਕਸ਼ਨ ਵਿੱਚ ਇੱਕ ਪਾਰਟ ਹੈ ਇਹਨਾਂ ਦਾ ਫੈਕਟਰੀ ਦਾ ਜਾਂ ਇਹਦੇ ਵਿੱਚ ਕੱਚਾ ਮਾਲ ਤਿਆਰ ਹੁੰਦਾ ਸੀ ਜਾਂ ਕੀ ਸੀ, ਕੰਬਲ ਪਏ ਸੀ? ਇਹਦੇ ਬਾਰੇ ਜਦੋਂ ਇਹ ਆਪਣੇ ਸਟੇਟਮੈਂਟ ਦੇਣਗੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ, ਕਿਉਂਕਿ ਮੈਂ ਇਹਦੇ ਬਾਰੇ ਕੁਝ ਨਹੀਂ ਦੱਸ ਸਕਦਾ ਵੀ ਇਹਦੇ 'ਚ ਤਿਆਰ ਮਾਲ ਸੀਗਾ ਕਿ ਕੱਚਾ ਮਾਲ ਸੀਗਾ, ਇਹਦੇ ਬਾਰੇ ਮੈਂ ਨਹੀਂ ਦੱਸ ਸਕਦਾ। ਔਰ ਇੱਥੇ ਮਾਲਕ ਇਸ ਵੇਲੇ ਮੌਜੂਦ ਆ ਗਏ ਆ, ਹੋ ਚੁੱਕੇ ਆ ਜਿਹੜੇ? ਆਏ ਹੋਏ ਨੇ ਇੱਥੇ ਹੀ, ਇੱਥੇ ਹੀ ਹੈਗੇ ਨੇ, ਉਹਨਾਂ ਦੇ ਮੈਨੇਜਰ ਵੀ ਇੱਥੇ ਹੈਗੇ ਨੇ ਔਰ ਉਹ ਕੰਟੈਕਟ ਦੇ ਵਿੱਚ ਨੇ ਸਾਡੇ ਇੱਥੇ। ਤੁਸੀਂ ਤੁਹਾਡੇ ਵੱਲੋਂ ਬੰਦ ਦੀ ਕਾਰਵਾਈ ਅੱਗੇ ਜੋ ਸਟੇਟਮੈਂਟ ਦਿੱਤੀ ਜਾਂਗੇ ਉਸ ਤੋਂ ਬਾਅਦ ਅਸੀਂ ਆਪਣੀ ਕਾਰਵਾਈ ਕਰਾਂਗੇ। ਹਾਲ ਦੀ ਘੜੀ ਅਸੀਂ ਪਹਿਲਾ ਕੰਮ ਸਾਡਾ ਵਾ ਅੱਗ ਤੇ ਕਾਬੂ ਪਾਉਣਾ, ਅਸੀਂ ਪਹਿਲਾਂ ਅੱਗ ਤੇ ਕਾਬੂ ਪਾਵਾਂਗੇ, ਉਸ ਤੋਂ ਬਾਅਦ ਜਿਹੜੀ ਵੀ ਕੋਈ ਫਰਦਰ ਕਾਰਵਾਈ ਕਰਨ ਵਾਲੀ ਗੱਲ ਹੋਊਗੀ, ਕੋਈ ਇਨਵੈਸਟੀਗੇਸ਼ਨ ਕਰਨ ਵਾਲੀ ਗੱਲ ਹੋਊਗੀ, ਅਸੀਂ ਕਰਾਂਗੇ। ਧੰਨਵਾਦ। ਇਹ ਸਨ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਔਰ ਜਿਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਹਨਾਂ ਦਾ ਕੰਮ ਹੈ ਕਿ ਪਹਿਲਾਂ ਅਸੀਂ ਅੱਗ ਦੇ ਉੱਤੇ ਕਾਬੂ ਪਾਵਾਂਗੇ, ਉਸ ਤੋਂ ਬਾਅਦ ਹੀ ਅਗਲੇਰੀ ਜਿਹੜੀ ਆ ਕਿ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਤੁਸੀਂ ਵੇਖ ਸਕਦੇ ਜੇ ਪੁਲਿਸ ਕਰਮਚਾਰੀਆਂ ਵੱਲੋਂ ਔਰ ਪਿੰਡ ਵਾਸੀਆਂ ਔਰ ਸਟਾਫ ਜਿਹੜਾ ਵਾ ਇੱਥੇ ਮੌਜੂਦ ਹੈ, ਬੜਾ ਹੀ ਭਿਆਨਕ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਇਹ ਤੁਸੀਂ ਵੇਖ ਸਕਦੇ ਜੇ ਅੱਗ ਦੇ ਭਾਂਬੜ ਮਚ ਰਹੇ ਹਨ ਔਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਵਾ ਚਾਰੇ ਪਾਸੇ ਬਿਲਡਿੰਗ ਦੇ ਚਾਰੇ ਪਾਸੇ ਜਿਹੜੀਆਂ ਕਿ ਮੌਜੂਦ ਹਨ ਔਰ ਇਹਨਾਂ ਵੱਲੋਂ ਜਿਹੜਾ ਕਿ ਅੱਗ ਨੂੰ ਕਾਬੂ ਪਾਉਣ ਵਾਸਤੇ ਪੂਰੇ ਯਤਨ ਕੀਤੇ ਜਾ ਰਹੇ ਹਨ ਔਰ ਤਾਂ ਕਿ ਕਿਸੇ ਵੀ ਤਰ੍ਹਾਂ ਅੱਗ ਨੂੰ ਉੱਪਰ ਕਾਬੂ ਪਾਇਆ ਜਾ ਸਕੇ। ਔਰ ਤੁਸੀਂ ਵੇਖ ਸਕਦੇ ਜੇ ਫਾਇਰ ਬ੍ਰਿਗੇਡ ਵੱਲੋਂ ਇਹ ਪਾਈਪਲਾਈਨ ਵਿਛਾਈ ਗਈ ਹੈ ਪਾਣੀ ਦੀ ਔਰ ਗੱਡੀਆਂ ਮੌਜੂਦ ਆ ਔਰ ਦੇਖੋ ਇਹਨਾਂ ਦੇ ਕੁਝ ਇਹ ਸਮਾਨ ਆ ਫੈਕਟਰੀ ਦਾ ਜਿਹੜਾ ਮੌਜੂਦ ਆ, ਕੈਮੀਕਲ ਆ ਜਾਂ ਕੀ ਹੈ ਇਹਦੇ ਬਾਰੇ ਮਾਲਕ ਹੀ ਦੱਸ ਸਕਦੇ ਹਨ। ਔਰ ਇਹਦੇ ਵਿੱਚ ਵੇਖਣ ਨੂੰ ਮਿਲਿਆ ਹੈ ਕਿ ਇੱਥੇ ਜਿਹੜਾ ਇਹ ਸੈਕਸ਼ਨ ਹੈ ਜਿੱਥੇ ਅੱਗ ਦੇ ਉੱਪਰ ਤੁਸੀਂ ਵੇਖ ਸਕਦੇ ਜੇ ਲਪਟਾਂ ਨਿਕਲ ਰਹੀਆਂ, ਪੂਰੀਆਂ ਲਾਟਾਂ ਤਾਂ ਚੜ ਰਹੀਆਂ ਔਰ ਇਹ ਜਿਹੜੀ ਜਗ੍ਹਾ ਵਾ ਇੱਥੇ ਕਰਮਚਾਰੀਆਂ ਦੇ ਦੱਸਣ ਅਨੁਸਾਰ ਇੱਥੇ ਕੱਚਾ ਮਾਲ ਲਿਆਂਦਾ ਜਾਂਦਾ ਸੀ ਪਹਿਲਾਂ ਔਰ ਟਰੱਕ ਦੇ ਉੱਤੋਂ ਲੋਡ ਅਨਲੋਡ ਕਰਕੇ ਇਹਨੂੰ ਬਾਹਰ ਇੱਥੇ ਰੱਖਿਆ ਜਾਂਦਾ ਸੀ, ਜਿਸ ਤੋਂ ਬਾਅਦ ਇੱਥੇ ਤਿਆਰੀ ਕੀਤੀ ਜਾਂਦੀ ਸੀ ਔਰ ਇਹਨੂੰ ਤਿਆਰ ਕਰਨ ਤੋਂ ਬਾਅਦ ਇਹ ਫਾਈਨਲ ਮਾਲ ਜਿਹੜਾ ਹੋ ਕੇ ਅਗਲੇ ਸੈਕਸ਼ਨ 'ਚ ਚਲਾ ਜਾਂਦਾ ਸੀ, ਜਿੱਥੇ ਇਹਦੀ ਪੈਕਿੰਗ ਫਿਨਿਸ਼ਿੰਗ ਔਰ ਪੂਰੀ ਡਰਾਫਟਿੰਗ ਹੋਣ ਤੋਂ ਬਾਅਦ ਇਸ ਨੂੰ ਅੱਗੇ ਪੂਰੇ ਦੇਸ਼ ਭਰ ਵਿੱਚ ਗ੍ਰਾਹਕਾਂ ਤੱਕ ਪਹੁੰਚਾਇਆ ਜਾਂਦਾ ਸੀਗਾ। ਔਰ ਇਸ ਜਿਹੜੀ ਫੈਕਟਰੀ ਵਿੱਚ ਜਿਹੜੀ ਅੱਗ ਲੱਗੀ ਹੈ ਉਹਦੇ ਕਾਰਨ ਪਿੱਛੇ ਕੀ ਆ, ਉਹਦੇ ਪਿੱਛੇ ਕੀ ਕਾਰਨ ਸੀਗੇ, ਇਹਦੀ ਜਾਂਚ ਹਲੇ ਬਾਕੀ ਹੈ ਔਰ
इन्होंने मालिक विच फैमिली डिस्प्यूट की भी गल पिछे जे कानूनी तौर पर चली सी, जिस दौरान मालकां आपस में वंड नूं लै के जां किसी होर कारणां नूं लै के दरखास्तां भी थाने पुज्जियां सन, परंतु उस दे पिछे उसका की हल होया इहदे बारे हले जानकारी नहीं है। रमन चावला, जगबनी टीवी, तरन तारण। रजिंदर सिंह कोचर है, जिहदे भतीजे की फैक्ट्री है, कोचर संगप है, फैक्ट्री नाम कोचर संगप है, यह गोलवड़ च पैंदी जी, मीटिंग अग काबू की जाए तो अगे वो ना वधे, प्लीज रिक्वेस्ट है। एयरफोर्स की हेल्प ली जाए, इस तो इलावा एयरपोर्ट अथॉरिटी भी फोन किया जाए, जितों भी आ सकती हैं, स्पैशली फोन मंगवा क्योंकि ऑयल बेस फायर है, ठीक है ना, काइंडली समझिए, जो पानी मानने ना तो ऑयल होर फ्लोट कर रहा है, इस करके फोम का जरूरी होना, प्लीज़ तुसी फोम कितों अरेंज करो। केमिकल यूज नहीं हो रहा? नहीं, पानी कर रहे हैं, उस तरह की कोई गल नहीं, अपने पूरी फायर ब्रिगेड की गड्डियां आई हैं, पर काइंडली ये है कि प्लीज़ फोम का थोड़ा एक सपोर्ट चाहिए है।